हाँ जी, सत श्री अकाल जी। की हाल चाल ने? अज हो गई है जी तरीक 23, ते अज अपना हजूर साहब का लास्ट दिन, ते कल नू ट्रेन इतों, ते हुण आपां चले आं जी गुरद्वारा साहिब मत्था टेकण। ते एक बाबा बलविंदर सिंह जी नू मिलना है ना, ते संगत ने रल के मिल के जिन्नी भी सरदी पुजदी फिर जिहड़ी ग्राही है ना इकट्ठी कीती, जो मतलब इन्हां दिन आपां लंगर छकिया जिथे कमरा च रहे, क्योंकि अपने तो कमरिया के बाबे जी ने कोई पैसा नहीं लिया है ना, तो फिर जिन्नी भी संगत इकट्ठी करके सारी फिर आपां हुण दिंदे है ना बाबे जी नू, ਤੇ ਸਾਰੀ ਸੰਗਤ ਤੋਂ ਕਰਾਈ ਘਟ ਕਰਦੇ, ਨਾਲੇ ਬਾਬਾ ਜੀ ਨੂੰ ਮਿਲਦੇ, ਬਾਬਾ ਬਲਵਿੰਦਰ ਸਿੰਘ ਜੀ ਨੂੰ। ਤੇ ਚਲੋ ਚੱਲਦੇ ਹਾਂ ਜੀ ਫਿਰ ਆਪਾਂ। ਸਾਰੀ ਸੰਗਤ ਮਿਲ ਕੇ ਆਈ ਜੀ ਬਾਬਾ ਜੀ ਨੂੰ, ਤੇ ਬਾਬਾ ਜੀ ਨੇ ਸੋਫੇ ਪਾਏ ਸਾਰੀ ਸੰਗਤ ਨੂੰ। ਵੀ ਹਾਂ ਜੀ, ਸਾਰੀ ਸੰਗਤ ਆਪਣੀ ਮਿਲ ਕੇ ਆਈ ਬਾਬਾ ਬਲਵਿੰਦਰ ਸਿੰਘ ਜੀ ਨੂੰ, ਹੁਣੇ ਬਚਨ ਕੀਤੇ ਉਹਨਾਂ ਨੇ, ਸਾਰੀ ਸੰਗਤ ਦੇ ਸਰੋਪੇ ਪਾਏ ਆ, ਤੇ ਖੁਸ਼ੀਆਂ ਮਿਲੀਆਂ ਪਰਮਾਤਮਾ ਦੀਆਂ ਵਧੀਆ ਹੈ ਨਾ। ਬਾਬਾ ਜੀ ਬਹੁਤ ਵਧੀਆ ਬਚਨ ਕੀਤੇ ਸਾਰਿਆਂ ਨੂੰ, ਅਤੇ ਪਰਮਾਤਮਾ ਕਿਰਪਾ ਕਰੇ ਅਗਲੀ ਵਾਰੀ ਸਾਰੇ ਕੇਸ ਰੱਖ ਕੇ ਦੇ ਅੰਮ੍ਰਿਤ ਛਕਣ ਹੈ ਨਾ ਸਿੰਘ ਸੱਜਣ, ਅਤੇ ਬਹੁਤ ਵਧੀਆ ਉਹਨਾਂ ਨੇ ਸੇਵਾ ਕੀਤੀ, ਬਾਬਾ ਜੀ ਬਹੁਤ ਖੁਸ਼ ਸੀਗੇ ਨਾ ਸਾਰੇ ਸਿੰਘਾਂ ਤੋਂ। ਚਲੋ ਜੀ ਮਿਲਦੇ ਹਾਂ। ਸੀ ਜੀ ਬਾਬਾ ਬਲਵਿੰਦਰ ਸਿੰਘ ਜੀ ਹੈ ਨਾ, ਅਤੇ ਹੁਣ ਇਹਨਾਂ ਨੇ ਬਚਨ ਹੋਏ ਆ, ਅਤੇ ਬਾਬਾ ਜੀ ਅੰਦਰ ਗਿਆ ਚਲੇ, ਅਤੇ ਚਲੋ ਹੁਣ ਸੰਗਤਾਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਇਹਨਾਂ ਨੇ, ਵੀ ਮੁੰਡਿਆਂ ਨੂੰ ਕਿਹਾ ਵੀ ਨਸ਼ੇ ਪੱਤੇ ਤੋਂ ਦੂਰ ਰਹੋ ਜਿੰਨਾ ਵੀ ਹੋ ਸਕੇ ਹੈ ਨਾ, ਅਤੇ ਗੁਰਬਾਣੀ ਪੜ੍ਹੋ, ਅਤੇ ਨਾਮ ਜਪੋ, ਅਤੇ ਅੰਮ੍ਰਿਤ ਛਕੋ ਹੈ ਨਾ, ਅਤੇ ਇਹਨਾਂ ਦਾ ਬਹੁਤ ਵਧੀਆ ਸਿਸਟਮ ਹੈ ਇੱਥੇ। ਬਾਬਾ ਜੀ ਬਲਵਿੰਦਰ ਸਿੰਘ ਦੀ ਜਿੰਨੀ ਕਾਰ ਸੇਵਾ ਸਾਰੇ ਇੱਥੇ ਕਰਦੇ ਹੈ ਨਾ, ਇਹਨਾਂ ਦੇ ਹਰੇਕ ਹੇਠ ਤੱਕ ਬਹੁਤ ਗੁਰਦੁਆਰਾ ਸਾਹਿਬ ਬਣ ਰਹੇ, ਲੰਗਰ ਦੀ ਸੇਵਾ ਬਾਬਾ ਬਲਵਿੰਦਰ ਸਿੰਘ ਨਰਿੰਦਰ ਸਿੰਘ ਜੀ ਦੋਨਾਂ ਦੇ ਚੱਲਦੀ ਆ ਇੱਥੇ। ਸੰਗਤ ਇਸ ਵੇਲੇ ਜਦੋਂ ਵਾਪਸ ਜਾਂਦੀ ਆ ਨਾ, ਅਤੇ ਕਈ ਆਪਾਂ ਕੱਲ੍ਹ ਨੂੰ ਜਾਣਾ, ਪਰ ਜਿਹਨਾਂ ਨੇ ਅੱਜ ਜਾਣਾ ਉਹ ਫਿਰ ਮਿਲ ਕੇ ਜਾਂਦੇ ਨਾ ਬਾਬਾ ਜੀ ਨੂੰ, ਅਤੇ ਬਾਬਾ ਜੀ ਨੂੰ ਭੇਟਾ ਕਰਦੇ ਮੈਂ ਨਾਲ, ਬਾਬਾ ਜੀ ਸਰੂਪੇ ਦੇ ਫਿਰ ਪ੍ਰਸ਼ਾਦ ਦਿੰਦੇ ਅਤੇ ਨਾਲੇ ਬਚਨ ਹੁੰਦੇ ਆ ਜੀ। ਚਲੋ ਮਿਲਦੇ ਆ ਜੀ। ਬਾਬਾ ਨਰਿੰਦਰ ਸਿੰਘ ਜੀ ਨੂੰ ਮਿਲਣ, ਅਤੇ ਸੰਗਤ ਸਾਰੀ ਨੂੰ ਬਾਬਾ ਜੀ ਮਿਲੇ ਹੈ ਨਾ, ਬਾਬਾ ਜੀ ਸਾਹਮਣੇ ਬੈਠੇ ਹੋਏ ਹੈ ਨਾ। ਇਹ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਹੈ ਨਾ, ਇੱਥੇ ਹਜ਼ੂਰ ਸਾਹਿਬ ਇਹਨਾਂ ਦਾ ਹੀ ਸਾਰਾ, ਜਿੰਨਾ ਵੀ ਇੱਕ ਕਾਰੋਬਾਰ ਚੱਲਦਾ, ਮਤਲਬ ਜਿੰਨੇ ਵੀ ਗੁਰਦੁਆਰੇ ਦੀ ਸੇਵਾ ਲੈਂਦੇ ਸਾਰੇ ਇਹੀ ਹੈ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਜੀ। ਗੁਰੂ ਜੀ ਕੀ ਖਾਲਸਾ, ਵਾਹਿਗੁਰੂ ਫਤਿਹ। ਸੰਗਤ ਸਾਰੀ ਤੁਸੀਂ ਦਰਸ਼ਨ ਕਰ ਰਹੇ ਸੀ ਜੀ ਬਾਬਾ ਨਰਿੰਦਰ ਸਿੰਘ ਜੀ, ਇਹਨਾਂ ਪਿੱਛੇ ਇੱਥੇ ਹੈ ਬੈਠਦੇ ਇਹ, ਅਤੇ ਮੈਨੂੰ ਦਿਖਾ ਦਿੰਦਾ ਉੱਪਰ ਯਾਤਰੀ ਨਿਵਾਸ ਦੇ ਉੱਪਰ, ਇੱਥੇ ਬਾਬਾ ਬੁੱਢਾ ਸਾਹਿਬ ਐਨ ਆਰ ਆਈ ਸਰਾਂ ਦੇ ਨਾਲ ਬਿਲਕੁਲ ਜਿਹੜੀ ਬਿਲਡਿੰਗ ਆ ਉਹਦੀ ਨਾਲ ਲੈਫਟ ਸਾਈਡ 'ਤੇ ਇਹਨਾਂ ਦਾ ਹੈਗਾ ਜੀ, ਜਿੱਥੇ ਮੈਨੂੰ ਬੈਠਦੇ ਇਹ, ਅਤੇ ਜਿਹੜੀ ਸੰਗਤ ਨੇ ਮਿਲਣਾ ਤੁਸੀਂ ਸੁਬਹਾ ਦੇ ਟਾਈਮ, ਹੁਣ ਟਾਈਮ ਹੋਇਆ ਜੀ 8 ਵਜੇ, ਅਤੇ 8 ਵਜੇ ਆ ਕੇ ਤੁਸੀਂ ਮਿਲ ਸਕਦੇ ਤੇ ਹੈ ਨਾ, ਅਤੇ ਜਿਹਨੇ ਵੀ ਮਿਲਣਾ ਤੁਸੀਂ ਜ਼ਰੂਰ ਇੱਕ ਵਾਰੀ ਆ ਕੇ ਦਰਸ਼ਨ ਕਰੋ, ਅਤੇ ਨਾਲੇ ਬਚਨ ਕਰਦੇ ਬਾਬਾ ਜੀ, ਅਤੇ ਅਰਦਾਸ ਕਰਾਉਣੀ ਅਰਦਾਸ ਕਰਵਾ ਸਕਦੇ ਆ। ਅਤੇ ਜੇ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਜੀ, ਇਹ ਦੋਨੋਂ ਇੱਥੇ ਮੇਨ ਮੁੱਖ ਸੇਵਾਦਾਰ ਜਾਂ ਮੁਖੀ ਹੈਗੇ ਜਿਹੜੇ ਇੱਥੇ ਦੀ ਕਾਰ ਸੇਵਾ ਦੇਖਦੇ ਆ ਹੈ ਨਾ, ਜਿੰਨੇ ਵੀ ਗੁਰਦੁਆਰਾ ਸਾਹਿਬ ਇੱਥੇ ਬਣ ਰਹੇ ਨਵੇਂ, ਸਾਰੇ ਇਹਨਾਂ ਦੇ ਅੰਡਰ ਜੋ ਵੀ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਹੋ ਰਿਹਾ ਸਾਰੇ ਇਹਨਾਂ ਦੇ ਅੰਡਰ ਹੋ ਰਿਹਾ ਹੈ ਨਾ। ਅਤੇ ਚਲੋ ਚੱਲਦੇ ਹਾਂ ਜੀ ਆਪਾਂ ਇੱਥੋਂ ਆਉਣ ਅੱਗੇ ਹੈ ਨਾ। ਬਾਬੇ ਮੁੰਡਿਆਂ ਦੇ ਬਾਬਿਆਂ ਨੇ ਚੰਗੀ ਕਿਰਪਾ ਕੀਤੀ ਹੈ ਨਾ, ਸਰੋਪੇ ਅਤੇ ਵਾਹਵਾ ਪ੍ਰਸ਼ਾਦ ਦੇਦਾ ਨਾ, ਬਾਬੇ ਪੂਰੇ ਖੁਸ਼ ਹੋ ਗਏ, ਤਾਂ ਜਾਓ ਲੈ ਜਾਓ ਸਰੋਪੇ ਅਤੇ ਪ੍ਰਸ਼ਾਦ। ਅਤੇ ਹੁਣ ਚੱਲਦੇ ਆਪਾਂ ਕਮਰੇ ਦੇ ਵਿੱਚ, ਅਤੇ ਰੱਖ ਕੇ ਪ੍ਰਸ਼ਾਦ, ਅਤੇ ਫਿਰ ਵਾਪਸ ਆਉਣਾ, ਅਤੇ ਫਿਰ ਚੱਲਦੇ ਆਪਾਂ ਸੱਚਖੰਡ ਤੁਹਾਨੂੰ ਕਰਾਉਣੇ ਦਰਸ਼ਨ। ਸੁਬਹਾ ਦੇ ਵੱਜ ਗਿਆ ਜੀ 8, ਅਤੇ ਇਹ ਜਿਹੜੀ ਸੰਗਤ ਤੁਸੀਂ ਦੇਖ ਰਹੇ ਇਹ ਸਾਰੀ ਵਾਪਸੀ ਵਾਲੀ ਹੈ ਨਾ, ਇਹ ਜਿੰਨੀ ਵੀ ਸੰਗਤ ਆ ਸਾਰੀ ਵਾਪਸ ਜਾ ਰਹੀ ਟ੍ਰੇਨ ਸੱਚਖੰਡ ਦੇ, ਅਤੇ ਇਸ ਵੇਲੇ ਸੁਬਹਾ ਦੇ ਟਾਈਮ ਟ੍ਰੇਨ ਹੁੰਦੀ ਹੈ ਅਤੇ ਹੈ ਨਾ ਵਾਪਸ ਜਾਂਦੀ ਖਾਸ, ਇਹ ਜਿੰਨੀ ਵੀ ਸੰਗਤ ਸੋਰੀ ਦੇਖਦੇ ਸਾਰੀ ਇਸ ਵੇਲੇ ਸੁਬਹਾ ਚਲੇ ਜਾਂਦੀ ਹੈ।
ਆਪਾਂ ਪਹੁੰਚ ਗਏ ਜੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਚਲੋ ਚੱਲਦੇ ਅੰਦਰ ਅਤੇ ਕਰਦੇ ਹਾਂ ਦਰਸ਼ਨ। ਕੱਲ੍ਹ ਨੂੰ ਆਪਣੀ ਹੈਗੀ ਹੈ ਜੀ ਵਾਪਸੀ ਇੱਥੋਂ, ਹੈ ਨਾ। ਅਤੇ ਚਲੋ ਇੱਕ ਦਿਨ ਰਹਿ ਗਿਆ, ਅੱਜ ਦਾ ਦਿਨ ਆਪਾਂ ਇੱਕ ਸੇਵਾ ਕਰਾਂਗੇ ਸਾਰਾ ਦਿਨ, ਅਤੇ ਜਿੰਨਾ ਵੀ ਹੋ ਸਕੇ ਲਾਹਾ ਲਾਵਾਂਗੇ ਵੀ ਆਏ ਹੈਗੇ, ਹੈ ਨਾ। ਹਾਂਜੀ, ਅੱਜ ਹੈਗਾ ਜੀ ਆਪਣਾ ਇੱਥੇ ਗੁਰਦੁਆਰਾ ਸਾਹਿਬ ਲਾਸਟ ਦਿਨ, ਅਤੇ ਕੱਲ੍ਹ ਨੂੰ ਜਾਣਾ ਵਾ, ਹੈ ਨਾ। ਅਤੇ ਮੁੰਡੇ ਕਰਨ ਚੱਲੇ ਆ ਸ਼ੋਪਿੰਗ, ਅਤੇ ਪਰ ਸੱਚ ਪੁੱਛਿਓ ਕਿ ਜਾਣ ਨੂੰ ਦਿਲ ਨਹੀਂ ਕਰਦਾ, ਇੱਦਾਂ ਲੱਗਦਾ ਪਿਆ ਵੀ ਜਿੱਦਾਂ ਪਤਾ ਨਹੀਂ ਘਰ ਛੱਡ ਕੇ ਜਾਣਾ ਹੁੰਦਾ ਵਾ। ਜ਼ਿਆਦਾਤਰ ਸੰਗਤ ਜਦੋਂ ਵੀ ਇੱਥੇ ਆਉਂਦੀ ਆ ਅਤੇ ਜਿਹੜਾ 5-7 ਦਿਨ ਲਗਾਤਾਰ ਰਹਿੰਦਾ ਵਾ ਨਾ, ਉਹਨੂੰ ਮੰਨ ਲਓ ਇੱਦਾਂ ਫੀਲ ਹੁੰਦਾ ਵਾ ਵੀ ਇਹ ਘਰ ਬਣ ਜਾਂਦਾ ਵਾ ਅਤੇ ਘਰ ਜਾਣ ਨੂੰ ਦਿਲ ਨਹੀਂ ਕਰਦਾ। ਅਤੇ ਇੱਥੇ ਆ ਕੇ ਵਾਕਈ ਇੰਨਾ ਮਨ ਲੱਗਦਾ ਵਾ, ਅਤੇ ਅੱਜ ਹੁਣ ਕੱਲ੍ਹ ਨੂੰ ਇੰਨੇ ਦਿਨਾਂ ਦੇ ਇੱਥੇ ਸੀਗੇ ਅਤੇ ਹੁਣ ਅੱਜ ਸ਼ੋਪਿੰਗ ਕਰਨ ਚੱਲੇ ਹਾਂ ਘਰਦਿਆਂ ਵਾਸਤੇ, ਜੋ ਵੀ ਕੜਾ ਵਗੈਰਾ ਜਾਣਾ ਬੱਚੇ ਵਾਸਤੇ ਕੁਝ ਵੀ ਲੈਣਾ, ਹੈ ਨਾ, ਉਹ ਲੈਂਦੇ ਹਾਂ। ਅਤੇ ਮੰਨ ਲਓ ਇੱਦਾਂ ਹੋ ਰਿਹਾ ਵੀ ਸਵੇਰੇ ਜਾਣਾ ਪਰ ਜਾਣ ਨੂੰ ਵਾਕਿਆ ਹੀ ਇੱਥੋਂ ਦਿਲ ਨਹੀਂ ਕਰਦਾ। ਅਤੇ ਚਲੋ ਜਾਣਾ ਤਾਂ ਪੈਣਾ ਹੀ, ਚਲੋ ਫਿਰ ਪਰਮਾਤਮਾ ਕਿਰਪਾ ਕਰੇ, ਹੈ ਨਾ, ਅਗਲੇ ਸਾਲ ਜਾਂ ਜਦੋਂ ਵੀ ਟਾਈਮ ਲੱਗਾ ਉਦੋਂ ਫਿਰ ਆਪਾਂ ਫਿਰ ਦੁਆਰਾ ਦਰਸ਼ਨ ਕਰਾਂਗੇ, ਹੈ ਨਾ। ਅਤੇ ਕੋਸ਼ਿਸ਼ ਇਹੀ ਆ ਵੀ ਚਲੋ ਆਉਂਦੇ ਰਹੀਏ, ਨੇ ਨਾ ਮਨ ਹੋਰ ਹੋ ਜਾਂਦਾ ਵਾ। ਇਹ ਮਤਲਬ ਜਦੋਂ ਆਪਾਂ ਆਉਂਦੇ ਹਾਂ ਤਾਂ, ਹੈ ਨਾ, ਮਨ ਮਨ ਬਹੁਤ ਫਰੈਸ਼ ਹੁੰਦਾ, ਇੱਥੋਂ ਜਾ ਕੇ ਕੰਮ ਨੂੰ ਵੀ ਦਿਲ ਕਰਦਾ ਵਾ, ਅਤੇ ਆਉਣਾ ਇੱਕ ਮਾਇੰਡ ਸੈੱਟ ਚੇਂਜ ਹੋ ਜਾਂਦਾ ਵਾ, ਅਤੇ ਕਾਫੀ ਖੁਸ਼ੀ ਮਿਲਦੀ, ਸਕੂਨ ਮਿਲਦਾ। ਉੱਥੇ ਕੀ ਹੁੰਦਾ ਵਾ, ਜਦੋਂ ਆਪਾਂ ਲੋਕਲ ਹੁੰਦੇ ਕੰਮ ਕਰ ਕਰਕੇ ਬਹੁਤ ਮੰਦਾ ਹਾਲ ਹੋ ਜਾਂਦਾ, ਅਤੇ ਜ਼ਿਆਦਾਤਰ ਆਪਾਂ ਜਦੋਂ ਵੀ ਕੰਮ ਦੇ ਵਿੱਚ ਬਿਜ਼ੀ ਹੋਣ ਕਰਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾਉਂਦੇ। ਹੁਣ ਇੱਥੇ ਫ੍ਰੀ ਹਾਂ, ਆਪਣੇ ਆਪ ਨੂੰ ਟਾਈਮ ਆ, ਕੋਈ ਟੈਨਸ਼ਨ ਨਹੀਂ, ਬੈ ਪਿੱਛੋਂ ਦੀ ਕੋਈ ਟੈਨਸ਼ਨ ਨਹੀਂ, ਹੈ ਨਾ, ਹੁੰਦੀ, ਅਤੇ ਵਧੀਆ ਲੱਗਦਾ। ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਅਤੇ ਕਰਦੇ ਹਾਂ ਸ਼ੋਪਿੰਗ, ਅਤੇ ਫਿਰ ਦਿਖਾਉਣੇ ਤੁਹਾਨੂੰ ਮਾਰਕੀਟ ਗਏ ਉਹਦੀ, ਜਿਹੜੀ ਮਾਰਕੀਟ ਇੱਥੋਂ ਦੀ ਹੈਗੀ, ਇਹ ਹੈ ਜੀ ਮਾਰਕੀਟ ਇੱਥੋਂ ਦੀ ਸਾਰੀ, ਤੁਹਾਨੂੰ ਮਾਰਕੀਟ ਆਪਾਂ ਦਿਖਾਉਣੇ ਹੁਣ। ਇਸ ਜਗ੍ਹਾ ਦੇ ਉੱਤੇ ਜ਼ਿਆਦਾਤਰ ਜਿਹੜੇ ਵੀ ਆਉਂਦੇ ਆ, ਜਿਵੇਂ ਅਰਸ਼ ਵਰਗੇ ਜਾਂ ਇੱਥੇ ਹੋਰ ਵੀ ਦੋ ਚਾਰ ਵਰਗੇ, ਇਹਨਾਂ ਨੂੰ ਖੋਪੇ ਦਾ ਤੇਲ ਬੜਾ ਲੈਂਦੇ ਆ ਪੰਜਾਬ ਦੇ ਵਿੱਚ। ਇੱਕ ਮਿੰਟ ਹਟ ਜਾ, ਜਦੋਂ ਪੰਜਾਬ ਦੇ ਵਿੱਚ ਇਹਨਾਂ ਵਰਗਿਆਂ ਨੇ ਭਾਣਾ ਦੀ ਤੇਲ ਲਾਇਆ ਹੋਵੇ, ਕਿਤੇ ਨਾ ਲਾਇਆ ਹੋਵੇ, ਇੱਥੋਂ 5 ਲੀਟਰ ਘੱਟੋ ਘੱਟ ਤੇਲ ਲੈ ਕੇ ਜਾਣਾ ਵਾ, ਜਾ ਕੇ ਚੰਗੀ ਤਰ੍ਹਾਂ ਝਾਸਣਾ, ਹੈ ਨਾ। ਮੰਨ ਲਓ ਵੀ ਇੱਥੇ ਜ਼ਿਆਦਾਤਰ ਜਿਹੜੀ ਸ਼ੋਪਿੰਗ ਕਰਦੇ ਆ ਲੋਕ, ਜ਼ਿਆਦਾਤਰ ਤੇਲ ਹੁੰਦਾ ਵਾ, ਅਤੇ ਇਹਦੇ ਇਹਦੇ ਇਲਾਚੀਆਂ ਸਸਤੀਆਂ ਵਾ ਇੱਥੇ, ਕੀ ਪੰਦਰਾਂ ਕਿੰਨੇ ਨੂੰ ਕਿਲੋ, ਇਹਦੇ ਆ, ਮੈਨੂੰ ਸ਼ੋਰ ਨਹੀਂ, ਬਟ ਆਪਾਂ ਜਾਂਦੇ ਕਨਫਰਮ ਕਰ ਦੇਵਾਂਗੇ। ਵਾਕਈ ਪੰਜਾਬ ਦਾ ਰੇਟ 6000 ਰੁਪਏ ਕਿਲੋ, ਇੱਥੇ 1500 ਨੂੰ ਕਿਲੋ ਆ। ਮੈਂ ਬਾਕੀ ਜੇ ਕਿਤੇ ਮਾਰਕੀਟ 'ਚ ਕਿਤੇ ਪੁੱਛ ਖੜਾ ਹੋਇਆ ਤਾਂ ਮੈਂ ਪੁੱਛਦਾ ਵਾਂ, ਖੋਪੇ ਦਾ ਤੇਲ ਦਾ ਕੀ ਰੇਟ ਆ? 100 ਰੁਪਏ ਲੀਟਰ ਖੋਪੇ ਦਾ ਤੇਲ ਆ। ਹੋਰ ਇੱਥੇ ਕੀ ਆ ਜ਼ਿਆਦਾ ਸਸਤਾ, ਹੋਰ ਕੁਛ ਠੀਕ ਆ ਬਾਕੀ ਪੰਜਾਬ 'ਚ ਮਿਲਦਾ ਹੋਵੇ, ਬਾਕੀ ਸਾਰਾ ਕੁਛ ਸਹੀ। ਅਨਾਰ ਸਸਤੇ, ਉਹ ਵੀ 100 ਰੁਪਏ ਕਿਲੋ ਹੋਏ ਪਏ, ਮਤਲਬ ਪੰਜਾਬ 'ਚ ਸ਼ਾਇਦ ਮਹਿੰਗੇ ਹੋਣੇ ਵੀ 100, ਹੈਂ 60, ਸੋਰੀ ਮੈਂ ਗਲਤ ਬੋਲ ਗਿਆ, 60 ਰੁਪਏ ਕਿਲੋ ਅਨਾਰ ਆ। ਅਤੇ ਚੀਕੂ ਇੱਥੇ ਹੈਗਾ ਜੀ 40 ਰੁਪਏ ਕਿਲੋ, ਆਹ ਭਾਈ ਵੀ ਜੀ ਇਹਦਾ। ਅਤੇ ਬਾਕੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਮਾਰਕੀਟ ਆਪਾਂ ਮੁੰਡੇ ਲੈਣਗੇ, ਆਪਾਂ ਤਾਂ ਬਾਹਲੀ ਸ਼ੋਪਿੰਗ ਨਹੀਂ ਕਰਨੀ, ਪਰ ਜੋ ਇਹ ਲੈਣਗੇ ਮੈਂ ਤੁਹਾਨੂੰ ਦਿਖਾਉਣਾ ਵਾ ਸਾਰਾ, ਅਤੇ ਨਾਲੇ ਤੁਹਾਨੂੰ ਰੇਟ ਵੀ ਦੱਸਾਂਗਾ ਕੀ ਕੀ ਰੇਟ ਆਪਾਂ ਨੂੰ ਮਿਲਿਆ। ਆਓ ਜੀ ਆਪਾਂ ਲੈ ਲਿਆ ਜੀ 4 ਕੜੇ ਲੈ ਲਏ, ਹੈ ਨਾ। ਅਤੇ ਇਹ ਆ ਜੀ ਕੜੇ ਆਪਣੇ, ਅਤੇ ਗਾਂਹ ਮੁੰਡਿਆਂ ਨੂੰ ਵੇਖੋ ਕੀ ਲੈਂਦੇ ਹਨ, ਹੈ ਨਾ। ਦੇਖੋ ਜੀ ਇੱਧਰ ਇੱਧਰ ਜੋ ਜਿਹਾ ਸਰੀਰ ਉਹਨਾਂ ਵਾ ਜਾਣਾ, ਦੋਨਾਂ ਸਮਾਨ ਆ ਇੱਧਰ ਤੇਲ ਵਾਲੇ। ਹਾਂਜੀ ਟਾਈਮ ਹੋ ਗਿਆ ਜੀ 5:30 ਦਾ, ਅਤੇ ਆਪਾਂ ਚੱਲੇ ਹਾਂ ਦਰਬਾਰ ਸਾਹਿਬ ਅਤੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਅਤੇ ਆਪਾਂ ਕਰਦੇ ਕਰਾਉਣੇ ਦਰਸ਼ਨ, ਅਤੇ ਰਹਿਰਸ ਦਾ ਟਾਈਮ ਹੈਗਾ, ਹੈ ਨਾ। ਅਤੇ ਸ਼ਾਮ ਨੂੰ ਕਥਾ ਚੱਲਦੀ ਕਥਾ ਸੁਣਾਂਗੇ, ਨਾਲੇ ਰਹਿਰਸ, ਅਤੇ ਫਿਰ ਸਮਾਪਤੀ 'ਤੇ ਵਾਪਸ ਆਉਣੇ ਆਪਾਂ ਇੱਥੇ। ਅਤੇ ਸ਼ੋਪਿੰਗ ਮੋਸਟਲੀ ਸਾਰੀ ਕੰਪਲੀਟ ਕਰ ਲਈ ਮੁੰਡਿਆਂ ਨੇ, ਅਤੇ ਸਵੇਰੇ 8:30 ਅਸੀਂ ਰੇਲਵੇ ਸਟੇਸ਼ਨ 'ਤੇ ਚਲੇ ਜਾਣਗੇ, ਅਤੇ ਕੱਲ੍ਹ ਨੂੰ ਵਾਪਸੀ ਦੀ ਟ੍ਰੇਨ ਹੈਗੀ ਆਪਣੀ, ਤੁਹਾਨੂੰ ਪਤਾ ਹੀ ਹੈ ਨਾ, ਦੱਸਿਆ ਮੈਂ ਪਹਿਲਾਂ ਵੀ। ਅਤੇ ਚਲੋ ਚੱਲਦੇ ਹਾਂ ਜੀ ਆਪਾਂ। ਸੰਗਤ ਰਸਤੇ ਵਿੱਚ ਖੜ ਕੇ ਜਿਹੜੀ ਹਿਸਾਬ ਕਰਦੀ ਆਪਣੀ, ਮੈਂ ਸੰਗਤ ਦੇ ਨਾ ਪੈਸੇ ਪਤਾ ਨਿਕਲਣੇ ਸ਼ੁਰੂ ਹੋ ਗਏ, ਹੁਣ ਰਸਤੇ 'ਚ ਹਿਸਾਬ ਕਰਨ ਲੱਗ ਗਏ ਲੱਗਦਾ। ਚਲੋ ਇਹ ਆ ਜੀ ਸੰਗਤ ਵੱਲੋਂ ਗ੍ਰਾਹੀ ਇਕੱਠੀ ਹੋਈ ਹੈ ਜਿਹੜੀ, ਇਹ ਆ ਜੀ ਤੁਸੀਂ ਵੇਖਿਆ ਆਪਾਂ ਥੋੜ੍ਹੇ ਦਿਨ ਪਹਿਲਾਂ ਵੀਡੀਓ ਪਾਈ ਸੀ, ਇੱਕ ਦਾਲ ਛਕਾਉਂਦੇ, ਦਾਲ ਭੋਗ ਦਾ ਲੰਗਰ ਚੱਲਦਾ ਦੁਪਹਿਰੇ 12 ਵਜੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਉਹਦੇ ਵਾਸਤੇ ਇੱਕ ਸੇਵਾ ਲਾਈ ਮੁੰਡਿਆਂ ਨੇ ਸਾਰਿਆਂ ਨੇ ਆਪਸ ਵਿੱਚ ਗ੍ਰਾਹੀ ਇਕੱਠੀ ਕਰਕੇ ਬਾਟੀਆਂ ਦੀ, ਹੈ ਨਾ, ਬਾਟੀਆਂ ਉੱਥੇ ਜ਼ਰੂਰਤ ਸੀ, ਅਤੇ ਇਹਦੇ ਮੁੰਡਿਆਂ ਨੇ ਚਲੋ ਸੇਵਾ ਕਰਨੀ, ਅਤੇ ਜਿੰਨੀਆਂ ਵੀ ਬਾਟੀਆਂ ਮਤਲਬ ਕੁਛ ਜਿੰਨੇ ਵੀ ਚਲੋ ਪੈਸੇ ਸੰਗਤ ਲੋਕ ਜਿੰਨੀਆਂ ਵੀ ਆਉਣਗੀਆਂ ਲੈ ਕੇ ਉੱਥੇ ਸੇਵਾ ਕਰਾਂਗੇ। ਅਤੇ ਚਲੋ ਚੱਲਦੇ ਦੇਖਦੇ ਕਿੰਨੇ ਰੁਪਏ ਦੀ ਇੱਕ ਬਾਟੀ ਦਿੰਦੇ ਸਾਨੂੰ, ਉਹਦੇ ਬਾਰੇ ਪਤਾ ਨਹੀਂ, ਪਰ ਜਿੰਨੇ ਵੀ ਪੈਸੇ ਇਕੱਠੇ ਹੋਏ ਚਲੋ ਜਿੰਨੀਆਂ ਆਉਣਗੀਆਂ ਉੰਨੀਆਂ ਆਪਾਂ ਚੜ੍ਹਾ ਦੇਣਾ, ਹੈ ਨਾ।
ਕਹਿੰਦਾ ਆਪਣੀ ਬੈਠੀ ਹੋਈ ਹੈ ਨਾ ਬਾਟੀਆਂ ਗਿਣ ਕੇ ਬਾਟੀਆਂ ਦਾ ਰੇਟ ਕਰਾਇਆ ਨਹੀਂ ਬਸ ਠੀਕ ਹੈ 26 ਸਰ ਬਸ ਕਿੰਨੀ ਆ ਗਈਆਂ ਟੋਟਲ 58 ਪੀਸ ਬੋਲਣਾ ਹੈ ਨਾ 58 ਪੀਸ ਲੈ ਲੇ ਜੀ 52 ਪੀਸ ਲੈ ਲੇ ਬਾਟੀਆਂ ਦੇ ਚਲੋ ਜੀ ਜੀ ਆ ਗਈਆਂ ਬਾਟੀਆਂ ਆਪਣੀਆਂ ਤੇ ਹੁਣ ਆਪਾਂ ਚੱਲਦੇ ਆ ਦਰਬਾਰ ਸਾਹਿਬ ਸੱਚਖੰਡ ਤੇ ਜਾ ਕੇ ਉੱਥੇ ਫਿਰ ਦੇ ਦਿੰਦੇ ਨੇ ਬਾਬਿਆਂ ਨੂੰ ਕਰਦੇ ਨੇ ਸੰਗਤ ਲੋ ਸੇਵਾ ਸੰਗਤ ਜੀ ਕੱਲ ਨੂੰ ਪਤਾ ਲੱਗਾ ਕਿ ਗੱਡੀ ਜਿਹੜੀ ਸਵੇਰੇ ਜਾਣੀ ਸੀ ਪੰਜਾਬ ਦੇ ਵਿੱਚ ਜਿੰਨੀਆਂ ਟ੍ਰੇਨਾਂ ਬੰਦ ਹੋ ਗਈਆਂ ਵਾ ਮਤਲਬ ਚੰਡੀਗੜ੍ਹ ਤੱਕ ਹੀ ਜਾ ਰਹੀਆਂ ਟ੍ਰੇਨਾਂ ਜਿੰਨੀਆਂ ਵੀ ਇੱਥੋਂ ਹਜੂਰ ਸਾਹਿਬ ਤੋਂ ਜਿੰਨੀਆਂ ਵੀ ਟ੍ਰੇਨਾਂ ਜਾ ਰਹੀਆਂ ਚੰਡੀਗੜ੍ਹ ਤੱਕ ਜਾ ਰਹੀਆਂ ਜਾਂ ਮਤਲਬ ਕਿਤੇ ਵੀ ਇੰਡੀਆ ਤੋਂ ਬਾਹਰੋਂ ਟ੍ਰੇਨਾਂ ਆ ਰਹੀਆਂ ਉਹ ਐਂਟਰ ਪੰਜਾਬ ਦੇ ਵਿੱਚ ਬੰਦ ਆ ਪਤਾ ਨਹੀਂ ਕਹਿੰਦੇ ਚੰਨੀ ਸਰਕਾਰ ਨੇ ਕੀਤੀਆਂ ਜਾਂ ਕੋਈ ਧਰਨਾ ਲੱਗਾ ਇਹਦੇ ਬਾਰੇ ਜੇ ਕੋਈ ਕਨਫਰਮ ਨਹੀਂ ਅਤੇ ਕੱਲ੍ਹ ਨੂੰ ਜਾਂਦੇ ਹਾਂ ਫਿਰ ਦੇਖਦੇ ਹਾਂ ਜਾਂ ਕੱਲ੍ਹ ਨੂੰ ਤੁਰਨੀ ਸਾਡੀ ਟ੍ਰੇਨ ਤਾਂ ਪਹੁੰਚਣੀ ਪਰ ਤੋਂ ਸ਼ਾਇਦ ਉਦੋਂ ਤੱਕ ਚੱਲ ਵੀ ਸਕਦੀਆਂ ਵਾ ਅਤੇ ਜੇ ਨਾ ਚੱਲੀਆਂ ਫਿਰ ਪਤਾ ਲੱਗ ਹੀ ਜਾਂਦਾ ਅਤੇ ਜਿਹਨਾਂ ਜਿਹੜੇ ਆਉਣ ਵਾਲੀ ਪੰਜਾਬ ਤੋਂ ਸੰਗਤ ਉਹਨਾਂ ਨੂੰ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਲੱਗੇ ਕਿਉਂਕਿ ਪੰਜਾਬ ਦੇ ਵਿੱਚ ਲੁਧਿਆਣੇ ਜਾਂ ਅੰਮ੍ਰਿਤਸਰ ਕੋਈ ਟ੍ਰੇਨ ਨਹੀਂ ਚੱਲ ਰਹੀ ਜਿਹੜੇ ਚੱਲ ਰਹੇ ਸੰਗਤ ਉਹ ਆ ਕੇ ਚੰਡੀਗੜ੍ਹੋਂ ਚੜ੍ਹ ਰਹੀ ਹੈ ਇਸ ਵਕਤ ਚੰਡੀਗੜ੍ਹ ਜਾਂ ਅੰਬਾਲੇ ਤੋਂ ਮਤਲਬ ਚੰਡੀਗੜ੍ਹ ਆ ਰਹੀ ਹੈ ਅੰਬਾਲੇ ਆ ਰਹੀ ਆ ਹਰਿਆਣੇ ਚੱਲ ਰਹੀ ਆ ਪੰਜਾਬ 'ਚ ਨਹੀਂ ਚੱਲ ਰਹੀ ਅਤੇ ਚਲੋ ਆਪਾਂ ਚੱਲਦੇ ਹੁਣ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਤੇ ਜਾ ਕੇ ਬਾਬਿਆਂ ਨੂੰ ਦਿੰਦੇ ਬਾਟੀਆਂ ਜਿਹੜੀਆਂ ਆਪਾਂ ਲਈਆਂ ਸਣੀ ਜਾਂ ਚੱਕੀਆਂ ਇਹਦਾ ਵਜਨ ਵਾਹ 5 ਕਿਲੋ ਹੋਊਗਾ ਸਣੀ ਪੰਜ ਕਿਲੋ ਵਜਨ ਹੋਊਗਾ ਨੀਅਰ ਅਬਾਊਟ ਕੋਈ ਬਾਕੀ ਪਤਾ ਨਹੀਂ ਕਿੰਨਾ ਹੋਊਗਾ ਭਾਅ ਜੀ 5 ਕਿਲੋ ਕਾਫੀ ਵਜਨ ਹੈਗਾ ਅਤੇ ਆਪਾਂ ਜਾ ਕੇ ਬਾਬਿਆਂ ਦਿੰਦੇ ਹਾਂ ਫਿਰ ਹੈ ਨਾ ਅਤੇ ਚਲੋ ਨਾਲੇ ਦੇਖਦੇ ਮਤਲਬ ਨਾਲੇ ਤੁਹਾਨੂੰ ਕਰਾਉਣੇ ਦਰਸ਼ਨ ਉਹ ਸੰਗਤ ਜੀ ਆਪਾਂ ਪਹੁੰਚ ਗਏ ਜੀ ਸੱਚਖੰਡ ਅਤੇ ਸੰਗਤ ਆਪਣੇ ਨਾਲ ਦੀ ਮੱਥਾ ਟੇਕ ਕੇ ਮੁੜੇ ਆਈਏ ਅਤੇ ਆਪਾਂ ਚੱਲਦੇ ਅੰਦਰ ਆ ਜਾਓ ਚੱਲਦੇ ਅੰਦਰ ਬਾਬੇ ਕੋਲ ਜਾਣਾ ਬਣਾ ਕਿੱਧਰ ਚੱਲੇ ਆ ਆ ਜਾਓ ਬਾਟੀਆਂ ਲਈਆਂ 'ਚ ਆ ਕੇ ਸੇਵਾ ਕਰਕੇ ਆ ਜਾਓ ਉਹ ਵੀ ਆ ਗਏ ਉਹ ਸਣੀ ਨਹੀਂ ਆ ਗਏ ਸਣੀ ਆਪਾਂ ਆਏ ਹਾਂ ਜੀ ਦਰਬਾਰ ਸਾਹਿਬ ਤੁਸੀਂ ਕਰ ਰਹੇ ਹੋ ਜੀ ਦਰਸ਼ਨ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਇਹ ਸਮੂਹ ਸੰਗਤ ਜੀਰਾ ਤੋਂ ਆਈ ਜਿਹੜੀ ਜੀਰਾ ਤੋਂ ਹਾਂ ਜੀਰੇ ਤੋਂ ਆਈ ਹੈ ਸੰਗਤ ਉਹਨਾਂ ਨੂੰ ਥੋੜ੍ਹੀ ਜਿਹੀ ਭੇਟਾ ਹਾਂ ਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਜੇ ਇੱਥੇ ਬਾਬਾ ਜੀ ਨੂੰ ਜਿਹੜੀਆਂ ਬਿੰਨੀਆਂ ਬਾਟੀਆਂ ਲੈਂਦੀਆਂ ਫੜਾ ਦੀਆਂ ਵਾ ਕਿਉਂਕਿ ਇੱਥੇ ਇਸ ਵੇਲੇ ਹੁੰਦੇ ਨਹੀਂ ਨਾ ਇਹ ਇੱਥੇ ਸੁਬਹਾ ਆਉਣਗੇ 8-9 ਵਜੇ ਆ ਜਾਂਦੇ ਜੇ ਦਾਲ ਭੋਗ ਵਾਲੇ ਬਾਬੇ ਅਤੇ ਉਹ ਫਿਰ ਆ ਕੇ ਬਣਾਉਂਦੇ ਉਦੋਂ ਫਿਰ ਉਹਨਾਂ ਨੂੰ ਫੜਾ ਦੇਣਗੇ ਅਤੇ ਆਪਾਂ ਇੱਕ ਵਾਰੀ ਫੜਾ ਕੇ ਅਤੇ ਹੁਣ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ ਅਤੇ ਫਿਰ ਆਪਾਂ ਚੱਲਦੇ ਹਾਂ ਨਾ ਅਤੇ ਤੁਹਾਨੂੰ ਕਰਾਉਣੇ ਦਰਸ਼ਨ ਆ ਜਾਓ ਜੀ ਹੁਣ ਰਾਜ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬਈ ਦਈ ਧਨ ਧਨ ਲੋਗਨ ਕੇ ਲਓ ਜੀ ਸੰਗਤ ਪਹੁੰਚ ਗਈ ਜੀ ਸੇਵਾ ਕਰਨ ਹਰ ਰੋਜ਼ ਦੀ ਤਰ੍ਹਾਂ ਅਤੇ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਵੀ ਦਰਬਾਰ ਸਾਹਿਬ 'ਚ ਵੀ ਸੇਵਾ ਚੱਲ ਰਹੀ ਅਤੇ ਸਾਰੇ ਸਿੰਘ ਆਪਣੇ ਜੱਥੇ ਨਾਲ ਹੀ ਆਏ ਆ ਜਿੰਨੀ ਸੇਵਾ ਕਰ ਰਹੇ ਆ ਜੀ ਜਥੇਦਾਰ ਜੀ ਸਾਹਮਣੇ ਸੇਵਾ ਕਰਦੇ ਹੋਏ ਇੱਧਰ ਵੀ ਜਿਹੜੇ ਸਿੰਘ ਹੈਗੇ ਵੀ ਆਪਣੇ ਹੀ ਆ ਜੀ ਸਾਰੇ ਅੱਜ ਦਾ ਦਿਨ ਆ ਜੀ ਆਪਣਾ ਲਾਸਟ ਅਤੇ ਮੁੰਡਿਆਂ ਸਾਰਿਆਂ ਨੇ ਸੇਵਾ ਕਰ ਲਈ ਹੈ ਨਾ ਅਤੇ ਅੱਜ ਲਾਸਟ ਦਿਨ ਆ ਕੱਲ੍ਹ ਨੂੰ ਆਪਣੀ ਟ੍ਰੇਨ 'ਤੇ ਚਲੇ ਜਾਵਾਂਗੇ ਅਤੇ ਅੱਜ ਦਰਬਾਰ ਸਾਹਿਬ ਦੀ ਲਾਸਟ ਦਿਨ ਸੇਵਾ ਕਰਦੇ ਫਿਰ ਜਦੋਂ ਅਗਲੀ ਟਾਈਮ ਆਵੇ ਫਿਰ ਦੇਖੀ ਜਾਊ ਹੈ ਨਾ ਪਰ ਅੱਜ ਲਾਸਟ ਆ ਅਤੇ ਦਿਲ ਤਾਂ ਨਹੀਂ ਕਰਦਾ ਜਾਣ ਉੱਪਰ ਜਾਣਾ ਪੈਣਾ ਨਾ ਮੁੰਡੇ ਆ ਦਾ ਦਿਲ ਲੱਗਾ ਸੀ ਵਧੀਆ ਤੁਹਾਨੂੰ ਦਿਖਾਉਣਾ ਸਾਰੇ ਮੈਂ ਹੈ ਨਾ ਜਿਵੇਂ ਮੁੰਡੇ ਬੈਠੇ ਸੇਵਾ ਕਰ ਲਈ ਇਹਨਾਂ ਨੇ ਹੁਣ ਮੁੰਡਿਆਂ ਦਾ ਦਿਲ ਤਾਂ ਨਹੀਂ ਕਰਦਾ ਜਾਣ ਨੂੰ ਹੈ ਨਾ ਦਿਲ ਨਹੀਂ ਕਰਦਾ ਜਾਣ ਨੂੰ ਪਰ ਸਵੇਰੇ ਜਾਣਾ ਪੈਣਾ ਆਖਿਰਕਾਰ ਸੇਵਾ ਕਰਨ ਤੋਂ ਮਗਰੋਂ ਬਾਬਿਆਂ ਨੇ ਦੁੱਧ ਦੇ ਗੱਪੇ ਦਿੱਤੇ ਹੈ ਨਾ ਸਿੰਘਾਂ ਨੂੰ ਹਾਂਜੀ ਸਾਰੇ ਹੀ ਸਿੰਘ ਆਪਣੇ ਬਾਬੇ ਪੂਰੀ ਸੇਵਾ ਕਰਦੇ ਜਿਹੜੇ ਸੇਵਾ ਕਰਦੇ ਸਿੰਘ ਨਾ ਫਿਰ ਉਹਨਾਂ ਦੀ ਸੇਵਾ ਵੀ ਪੂਰੀ ਹੁੰਦੀ ਹੈ ਅਤੇ ਜਿਹੜੇ ਸ਼ਰਾਰਤ ਕਰਦੇ ਅਤੇ ਉਹਨਾਂ ਦੀ ਵੀ ਸੇਵਾ ਪੂਰੀ ਹੁੰਦੀ ਹੈ